ਸਰਕਾਰੀਓ ਮੇਰੇ ਇਲਾਕੇ ਦੇ ਆਏ ਹੋਏ ਮੇਰੇ ਹਾਣੀ ਵੀਰੋ, ਮੈਥੋਂ ਵੱਡੇ ਮੇਰੇ ਬਜ਼ੁਰਗੋ ਅਤੇ ਸਿਆਣੇ ਸਿਆਣੇ ਰੱਬ ਵਰਗੇ ਸਰੋਤੇ ਦੋਸਤੋ, ਮੈਂ ਬੜਾ ਖੁਸ਼ ਹੋਇਆ ਤੁਹਾਨੂੰ ਦੇਖ ਕੇ ਕਿ ਅੱਜ ਬੜੀ ਦੇਰ ਬਾਅਦ ਹੌਲੀ ਵੀ ਬਸ ਹੋਣੀ ਸਾਡੀ ਗੱਲ ਇਸ ਨਵੇਂ ਕਿਲੇ ਦੇ ਵਿੱਚ ਇਸ ਏਰੀਏ ਵਿੱਚ ਹੀ ਬਹੁਤ ਦੇਰ ਬਾਅਦ ਆਇਆ। ਜਿਉਂ ਦਾ ਮੈਂ ਆਰਟਿਸਟ ਬਣਿਆ ਜਾਂ ਲੁਧਿਆਣੇ ਜਾ ਕੇ ਤਰੱਕੀ ਕੀਤੀ ਜਾਂ ਤੁਹਾਡੇ ਪੈਰਾਂ ਸਦਕਾ ਯਾਰਾਂ ਦੋਸਤਾਂ ਦੇ ਪਿਆਰ ਸਦਕਾ ਤੋਂ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ, ਮੈਂ ਬੜਾ ਹੀ ਖੁਸ਼ ਹੋਇਆ ਤੁਹਾਡਾ ਇਕੱਠ ਦੇਖ ਕੇ ਵੀ ਤੁਸੀਂ ਸੋਹਣੀ ਤਲਾਅ 'ਚ ਆਪਣੇ ਛੋਟੇ ਵੀਰ ਨੂੰ ਜਾਂ ਬੱਚੇ ਨੂੰ ਸੁਣਨ ਵਾਸਤੇ ਆਏ ਹੋ ਅਤੇ ਬਾਕੀ ਨਾਲ ਸਮਾਨ ਬੜਾ ਲੈ ਕੇ ਆਇਆ। ਹਾਂਜੀ, ਤਾਂ ਇਹ ਗੱਲ ਹੈ ਵੀ ਮੈਂ ਨਾਂ ਜ਼ਰੂਰ ਹੀ ਦੱਸਦਿਆਂ, ਆਹ ਤੁਸੀਂ ਪਰਲੇ ਪਾਸੇ ਸਾਡੇ ਆਰਟਿਸਟਾਂ ਦੇ ਨਾਂ ਸੁਣੇ ਨੇ, ਉਹ ਨਾਂ ਸਿਰਫ ਬਾਈ ਇਸ ਕਰਕੇ ਦੱਸੀ ਦੇ ਹੈ ਵੀ ਮੇਰਾ ਨਾਂ ਤਾਂ ਮੇਰੇ ਇਲਾਕੇ ਵਾਲੇ ਸਾਰੇ ਜਾਣਦੇ ਵੀ ਚਲੋ ਸਾਡੇ 'ਚ ਖੇਡਦਾ ਰਿਹਾ ਵੀ ਸਾਡਾ ਆਪਣਾ ਮੁੰਡਾ ਸੀ। ਹੁਣ ਜਿਹੜੇ ਬਾਕੀ ਆਰਟਿਸਟ ਨੇ ਆਏ ਹੋਏ ਕਈ ਵਾਰ ਉਹਨਾਂ ਦਾ ਨਾਂ ਨਾ ਦੱਸੀਏ ਅਤੇ ਖਾਣਾ ਲੱਗੇ ਨਾ ਸਵਾਦ, ਫਿਰ ਰਾਤ ਜਾਂਦੇ ਕਰਦੇ ਹੁੰਦੇ ਯਾਰ ਗਾਂਦੇ ਚੰਗਾ ਸੀ, ਮੁੰਡਾ ਵੀ ਚੰਗਾ ਸੀ, ਕੁੜੀ ਵੀ ਚੰਗੀ ਸੀ, ਪਰ ਪਤਾ ਨਹੀਂ ਭੈਣ ਦੇਣੇ ਸੀ ਕਿਹੜੇ। ਬਸ ਕੰਮ ਚੱਲ ਜਾਂਦਾ ਹੈ ਬਿਲਕੁਲ, ਤੁਸੀਂ ਪਿਆਰ ਨਾਲ ਰੂਹਾਂ ਖੁਸ਼ ਕਰਕੇ ਘੱਲਾਂਗੇ। ਯਾਨੀ ਸਾਡੇ ਕੋਲ ਮਟੀਰੀਅਲ ਬਿਲਕੁਲ ਤਾਜ਼ਾ ਔਰ ਨਵਾਂ, ਬੜੇ ਨਵੇਂ ਗੀਤ ਨੇ। ਆ ਬਾਈ ਕਿਹੜਾ ਕਿਹੜਾ ਕਾਲਜ ਪ੍ਰੋਬਲਮ ਆਏ ਹੈ। ਚਲੋ ਠੀਕ ਹੈ, ਕੋਈ ਨੀ ਲਓ ਦੇਖੋ। ਮੈਂ ਬੜੀ ਸੋਹਣੀ ਕਲਾਸ 'ਚ ਦੇਖੀ ਜਾਂਦਾ ਵੀ ਸਾਰੇ ਸੱਜਣ ਬੜੇ ਪਿਆਰ ਨਾਲ ਸਾਨੂੰ ਸੁਣਨ ਵਾਸਤੇ ਆਏ ਨੇ, ਬੀਬਾ ਸੁਖਵੰਤ ਜੀ ਨੂੰ ਤੇ ਰਮਲਾ ਜੀ। ਇੱਕ ਬਾਈ ਵੇਖ ਲਓ ਵੀ ਜਿਹਨੂੰ ਥਾਂ ਨਹੀਂ ਮਿਲੀ ਉਹ ਕਿੱਕਰ ਦੇ ਚੜਿਆ ਬੈਠਾ, ਹਾਲਾਂਕਿ ਖੁੰਗੀ ਦੀ ਪਰਵਾਹ ਨਹੀਂ ਕੀਤੀ ਉਹਨੇ। ਮੈਨੂੰ ਪਤਾ ਹੈ ਬਈ ਪਿਆਰ ਜਿਹੜਾ ਬਹੁਤ ਜ਼ਿਆਦਾ ਹੈ। ਲਓ ਸੁਣੋ ਤੁਹਾਡੀ ਸੇਵਾ ਦੇ ਵਿੱਚ ਨਵੇਂ ਗੀਤਾਂ ਦੇ ਵਿੱਚੋਂ ਪਹਿਲੇ ਰਿਕਾਰਡ ਦੇ ਵਿੱਚੋਂ ਗੀਤ ਪੇਸ਼ ਕਰਨ ਲੱਗੇ। ਹਾਂਜੀ, ਖੱਬੇ ਪਾਸੇ ਸਾਡੇ ਬਜ਼ੁਰਗਾਂ ਸੇਠ ਕਰਮਚੰਦ ਜੀ ਅਤੇ ਉਹਨਾਂ ਦਾ ਰਾਜ ਦੁਲਾਰਾ ਮੰਗਤ ਰਾਏ ਜੀ, ਉਹਨਾਂ ਨੂੰ ਕਲਾਕਾਰਾਂ ਦਾ ਬੜਾ ਸ਼ੌਕ ਸੀ ਔਰ ਚਾਅ ਸੀ, ਉਹਨਾਂ ਨੇ ਤੁਹਾਡੇ ਸਾਰਿਆਂ ਬੜੀਆਂ ਦੀ ਰੌਣਕ ਇਕੱਠੀ ਕੀਤੀ ਹੈ, ਬੜੀ ਮਿਹਰਬਾਨੀ। ਲੋ ਉਹਨਾਂ ਦੇ ਸ਼ੁਭ ਵਿਵਾਹ ਵਿੱਚ ਅਸੀਂ ਤੁਹਾਡੀ ਸੇਵਾ 'ਚ ਗੀਤ ਪੇਸ਼ ਕਰਾਂਗੇ। ਲੈ ਗੱਲ ਹੋਈ ਨਾ ਬਈ, ਸਾਡੇ ਦੋ ਆਰਟਿਸਟ ਕੁਦਰਤੀ ਜਿਹੜੇ ਕੱਲ ਅਸੀਂ ਰਾਜਸਥਾਨ 'ਚ ਗਏ ਸੀਗੇ, ਕੱਲ ਦੇ ਕਰਕੇ ਅਸੀਂ ਆ ਗਏ ਸੀ ਤੇ ਉਹ ਪਿੱਛੇ ਰਹਿ ਗਏ ਸੀ, ਬੜੀ ਮਿਹਰਬਾਨੀ ਉਹਨਾਂ ਦੀ ਬਈ ਉਹ ਵੀ ਆ ਪਹੁੰਚੇ ਨੇ, ਉਹਨਾਂ ਦੀ ਖੁਸ਼ੀ ਵਿੱਚ ਜਰਾ ਤਾੜੀਆਂ ਲਾ ਦਿਓ। ਮੂਰਲਾ ਦਾ ਚੜ੍ਹ ਹੈ ਉਹ ਪਿਛਲੇ ਦੀ ਖੈਰ ਹੈ, ਚੜ੍ਹਾ ਤੂੰ ਛੱਲੀ ਦੇ ਮੋਢਰ ਕਰ ਦੂੰ ਤੂੰ। ਲੈ ਖੋਲ ਫਿਰ ਪੁੱਤਰਾ ਦਾਣਾ ਖੋਲ। ਨਹੀਂ ਇੱਥੇ ਪਈਆਂ ਰਹਿਣ, ਇੱਟਾਂ ਰਹਿਣ ਵਿੱਚ ਲਾਉਣੀਆਂ ਪੈ ਜਾਂਦੀਆਂ।
ਅੱਛਾ ਇੱਕ ਗੱਲ ਜ਼ਰੂਰੀ ਦੱਸਦਾ ਬਈ ਟਾਈਮ ਦੀ ਕੋਈ ਤੁਹਾਨੂੰ ਸਾਰੇ ਸੱਜਣਾਂ ਨੂੰ ਪਤਾ ਵੀ ਅਸੀਂ ਦੋ ਘੰਟੇ ਕੰਮ ਕਰਦੇ ਹਾਂ ਲੇਕਿਨ ਇੱਥੇ ਦੋ ਘੰਟਿਆਂ ਦਾ ਕੋਈ ਮਸਲਾ ਨਹੀਂ ਜਿੰਨਾ ਚਿਰ ਤੁਸੀਂ ਪਿਆਰ ਨਾਲ ਸੁਣੀ ਜਾਓਗੇ ਪੌਣਾ ਚਿਰ ਐਂ ਤਸੱਲੀ ਅਕੜਾ ਕੇ ਜਾਣੀ ਆ ਯਾਨੀ ਖੁਸ਼ ਹਾਂ ਲੈ ਰੱਜ ਨਹੀਂ ਵੱਜਦੇ ਤੁਹਾਡੇ ਲੋਕਾਂ ਦੀਆਂ ਚੰਗੇ ਲੋਕਾਂ ਦੀਆਂ ਦੁਆਵਾਂ ਤਾਂ ਕਲਾਕਾਰਾਂ ਨੂੰ ਅੱਗੇ ਲਿਆਉਂਦੀਆਂ ਨੇ ਜਿਹੜੇ ਸੱਜਣ ਪਿੱਛੇ ਕਦੇ ਨੇ ਤੁਸੀਂ ਵੀ ਅੱਗੇ ਅੱਗੇ ਆ ਜਾਓ ਖੋਲ ਵੀ ਖੋਲ ਦਵਾ ਦਾ ਛੇਤੀ ਕਰ ਕਿਉਂ ਮੇਰਾ ਤਾਂ ਗੜ ਨਾ ਖੋਲ ਤੈਨੂੰ ਅੱਖੀ ਵਾਲੀ ਧਾਰ ਚ ਬਿਠਾਣ ਵਚ ਨਾਲ ਜਿੱਦ ਬਣ ਗਜਲਾ ਮੈਨੂੰ ਗੋਲੀ
ਮਲਾਰੇ ਰੋ ਚੋ
ਮੁੰਡਿਆਂ ਤੋਂ ਲਾਈ ਸਾਰੇ ਮੱਚ ਗਈ ਦਵਾਈ ਉਹ ਮੇਣੇ ਮਾਰਦੇ ਜੁੰਡੀ ਤੇ ਯਾਰ ਸਾਰੇ ਨੀ ਕਾਲ ਕੇ ਬਗਾਨੇ ਪੁੱਤ ਨੂੰ ਛੱਡ ਜਾਏਗੀ ਪਤਲੀ ਨਾਰੇ ਨੀ ਕਾਲ ਕੇ ਬਗਾਨੇ ਪੁੱਤ ਨੂੰ ਰੁੱਖ ਬੱਲੀਏ ਨੰਨਾ ਵੇਖ ਕੇ ਰੋਂਦੀ ਰੁੱਖ ਬੱਲੀਏ ਭਾਈ ਯਾਰ ਦੇ ਬੁਲਾ ਤੇ ਚੁੱਪ ਬੱਲੀਏ ਭਾਈ ਯਾਰ ਦੇ ਬੁਲਾ ਤੇ ਚੁੱਪ ਬੱਲੀਏ ਮੇਰੇ ਖੁੰਬ ਜਿਹਾ ਲੱਗੇ ਜਾਣ ਤੋਂ ਪਿਆਰਾ ਮੇਰੇ ਖੁੰਬ ਜਿਹਾ ਲੱਗੇ ਜਾਣ ਤੋਂ ਪਿਆਰਾ ਕੀ ਕਰੂੰਗੀ ਮੈਂ ਜਾ ਕੇ ਮੁਕਲਾ ਵੀ ਬੱਗੀ ਹੋ ਗਈ ਮੈਂ ਮਿੱਤਰਾ ਦੇ ਹਮੇਸ਼ਾ ਫੋਟੋ ਵੇਖ ਯਾਰ ਦੀ ਬੁਰਾ ਮੌਤ ਤੋਂ ਵਿਛੋੜਾ ਪੂਰੀ ਅੱਗ ਪਿਆਰ ਦੀ ਉਹਦੀ ਚੱਲ ਦੀ ਤਸੀਏ ਜਿੰਦੇ ਮੁੰਡੇ ਯਾਰ ਦੀ ਉਹ ਗਿੱਲ ਨਾ ਤੁਹੇੜੀ ਵਾਲਾ ਗਿੱਲ ਨਾ ਤੁਹੇੜੀ ਵਾਲਾ ਉਹ ਨਿੱਤ ਫੇਰ ਦਾ ਨੀ ਮਾੜਾ ਰੱਬਾ ਯਾਰ ਨਾ ਅੱਖਾਂ ਤੋਂ ਦੂਰ ਹੋਵੇ ਹੋਲੀ ਲੱਗੀਆਂ ਦੀ ਦੁੱਖੇ ਚੰਦਰੇ ਗੱਡੀ ਮਾਪਿਆਂ ਤੋਂ ਚੋਰੀ ਚੋਰੀ ਹੋਵੇ ਵੇ ਲੱਗੀਆਂ ਦੀ ਦੁੱਖੇ ਚੰਦਰੇ ਦੁੱਖੋ ਯਾਰ ਨਾ ਅੱਖਾਂ ਤੋਂ ਦੂਰ ਹੋਵੇ ਹੋਲੀ ਲੱਗੀਆਂ ਦੂਰ ਹੋਵੇ ਲੱਗੀਆਂ ਦੇ ਦੁੱਖ ਚੰਦਰੇ ਉਹ ਮੈਂ ਕਿਹਾ ਯਾਰ ਨਾ ਅੱਖਾਂ ਤੋਂ ਦੂਰ ਹੋਵੇ ਬਈ ਲੱਗੀਆਂ ਦੇ ਦੁੱਖ ਚੰਦਰੇ ਤਾੜੀ ਮਾਰ ਦੋ ਵੀ ਸਾਰੇ ਸੱਜਣ ਸ਼ਾਬਾਸ਼ ਲੱਗੀਆਂ ਦੇ ਦੁੱਖ ਚੰਦਰੇ ਤੁਸੀਂ ਕੀ ਸੁਣ ਰਹੇ ਸੀ ਬਾਈ ਟੇਪਾਂ ਚੈੱਕ ਕਰਕੇ ਬੰਦ ਕਰ ਦਿਓ ਘਰੇ ਜਾ ਕੇ ਸੁਣਿਓ ਸ਼ਾਬਾਸ਼ ਟੇਪਾਂ ਤੁਹਾਡੀਆਂ ਬਹੁਤ ਵਧੀਆ ਮੇਰੇ ਤਾਂ ਆਵਾਜ਼ ਪਹੁੰਚ ਗਈ ਹੈ ਬਾਈ ਟੇਪਾਂ ਬੰਦ ਸ਼ਾਬਾਸ਼ ਗੱਲ ਇਸ ਤਰ੍ਹਾਂ ਤੁਸੀਂ ਗੀਤ ਸੁਣ ਰਹੇ ਸੀ ਲੱਗੀਆਂ ਦੇ ਦੁੱਖ ਚੰਦਰੇ ਆਹ ਛੋਟੇ ਜਿਹੇ ਬੱਚੇ ਮੂਹਰਲੇ ਪਾਸੇ ਬੈਠੇ ਵੇਖ ਕੇ ਇੱਕ ਮੈਨੂੰ ਗੱਲ ਚੇਤੇ ਆ ਗਈ ਨਾਲ ਹੀ ਆਪਾਂ ਦੁਕਾਨਾ ਗੀਤ ਸ਼ੁਰੂ ਕਰਾ ਦੇਣਾ ਗੱਲ ਇਸ ਤਰ੍ਹਾਂ ਬਈ ਨਿੱਕੇ ਨਿੱਕੇ ਬੱਚੇ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸ਼ਰਾਰਤੀ ਬਹੁਤ ਹੁੰਦੇ ਤੇ ਹਾਜ਼ਰ ਜਵਾਬ ਬੜੇ ਹੁੰਦੇ ਆ ਆਹ ਸਾਡੇ ਢੋਲਕ ਮਾਸਟਰ ਨੂੰ ਘਰਦਿਆਂ ਨੇ ਸਕੂਲ ਦੇ ਵਿੱਚ ਪੜ੍ਹਨਾ ਹੀ ਪਾ ਦਿੱਤਾ ਦੂਜੀ ਜਮਾਤ ਦੀ ਕਲਾਸ ਲੱਗੀ ਹੋਈ ਸੀ ਮਾਸਟਰ ਜੀ ਕਹਿਣ ਲੱਗੇ ਬੱਚਿਓ ਸਾਰੇ ਬੱਚੇ ਮੈਨੂੰ ਦੂਣੀ ਦਾ ਪਹਾੜਾ ਸੁਣਾਓ ਬੱਚਾ ਕੋਈ ਬੋਲਿਆ ਹੀ ਨਾ ਮਾਸਟਰ ਫਿਰ ਕਹਿੰਦਾ ਬੱਚਿਓ ਤੁਹਾਨੂੰ ਮੈਂ ਕਹਿ ਰਿਹਾ ਮੈਨੂੰ ਦੂਣੀ ਦਾ ਪਹਾੜਾ ਸੁਣਾਓ ਬੱਚੇ ਬਿਲਕੁਲ ਹੀ ਨਾ ਬੋਲੇ ਮਾਸਟਰ ਖਿੱਚ ਗਿਆ ਪੂਰਾ ਮਾਸਟਰ ਕਹਿੰਦਾ ਉਹ ਬੱਚਿਓ ਤੁਹਾਨੂੰ ਕਿਸੇ ਨੂੰ ਕੁਛ ਆਉਂਦਾ ਵੀ ਆ ਇਹ ਫਟਾਫਟ ਬੋਲ ਪਿਆ ਕਹਿੰਦਾ ਜੀ ਮੈਨੂੰ ਆਉਂਦਾ ਮਾਸਟਰ ਕਹਿੰਦਾ ਦੱਸ ਤੈਨੂੰ ਕੀ ਆਉਂਦਾ ਕਹਿੰਦਾ ਜੀ ਪਿਸ਼ਾਬ ਆਉਂਦਾ ਉਹ ਕਹਿੰਦਾ ਬੜਾ ਬੇਵਕੂਫ ਬੰਦਾ ਕਹਿੰਦਾ ਉੱਠ ਕੇ ਖੜਾ ਹੋ ਜਾ ਇਹਨੇ ਨਾਲ ਦੇ ਮੁੰਡੇ ਨੂੰ ਕੂਣੀ ਮਾਰਤੀ ਕਹਿੰਦਾ ਮਾਸਟਰ ਜੀ ਤੈਨੂੰ ਕਹਿੰਦੇ ਉੱਠ ਕੇ ਖੜਾ ਹੋ ਜਾ ਉਹ ਮੁੰਡਾ ਉੱਠ ਕੇ ਖੜਾ ਹੋ ਗਿਆ ਮਾਸਟਰ ਕਹਿੰਦਾ ਉਹ ਕਾਕਾ ਥੱਲੇ ਬਹਿ ਜਾ ਤੈਨੂੰ ਨੀ ਕਿਹਾ ਤੇਰੇ ਨਾਲ ਦੇ ਨੂੰ ਕਿਹਾ ਇਹਨੇ ਇੱਧਰਲਿਆਂ ਨੂੰ ਖੇਡ ਦਿੱਤਾ ਉਹ ਮੁੰਡਾ ਉੱਠ ਕੇ ਖੜਾ ਹੋ ਗਿਆ ਮਾਸਟਰ ਨੇ ਸੋਚਿਆ ਵੀ ਇਹ ਬੰਦਾ ਬੜਾ ਚੁਸਤ ਹੈ ਉਹ ਕਹਿੰਦਾ ਕਾਕਾ ਚੰਨੀ ਤੈਨੂੰ ਕਿਹਾ ਨਾ ਦੋ ਚੋਂ ਕਿਸੇ ਨੀ ਕਿਹਾ ਇਹ ਕਹਿੰਦਾ ਮਾਸਟਰ ਜੀ ਮੈਂ ਤਾਂ ਨੀ ਉੱਠ ਕੇ ਖੜਾ ਹੋ ਸਕਦਾ ਮਾਸਟਰ ਕਹਿੰਦਾ ਵੀ ਤੂੰ ਕਾਹਤੋਂ ਨੀ ਖੜਾ ਹੋ ਸਕਦਾ ਕਹਿੰਦਾ ਮਾਸਟਰ ਜੀ ਜਦੋਂ ਮੈਂ ਉੱਠ ਕੇ ਖੜਾ ਹੁੰਦਾ ਨਾ ਤੇ ਨੀਕਰ ਮੇਰੀ ਥੱਲੇ ਢਕ ਜਾਂਦੀ ਹੈ ਉਹ ਕਹਿੰਦਾ ਐਂ ਕਰੋ ਫਟਾਫਟ ਆਪਣੇ ਬਾਪੂ ਨੂੰ ਸੱਦ ਕੇ ਲਿਆ ਇਹ ਕਹਿੰਦਾ ਜੀ ਮੇਰਾ ਬਾਪੂ ਤਾਂ ਅੱਜ ਬਿਲਕੁਲ ਨਹੀਂ ਆ ਸਕਦਾ ਮਾਸਟਰ ਕਹਿੰਦਾ ਵੀ ਤੇਰਾ ਬਾਪੂ ਕਾਹਤੋਂ ਨਹੀਂ ਆ ਸਕਦਾ ਕਹਿੰਦਾ ਜੀ ਉਹਦੀ ਨੀਕਰ ਤਾਂ ਮੈਂ ਪਾ ਕੇ ਆਉਂ ਤਾਂ ਅੱਜ ਘਰ ਵਿਹਲਾ ਹੀ ਬੈਠਾ ਲਓ ਦੁਗਾਣਾ ਗੀਤ ਫਿਰ ਤੁਹਾਡੀ ਸੇਵਾ ਵਿੱਚ ਆ ਰਿਹਾ ਕਰਤਾਰ ਸਿੰਘ ਰਮਲਾ ਤੇ ਬੀਬੀ ਸੁਖਵੰਤ ਜੀ ਲੈ ਕੇ ਇਧਰਲੇ ਪਾਸੇ ਮੈਂ ਬੇਨਤੀ ਕਰਦਾ ਵੀ ਥੋੜ੍ਹਾ ਜਿਹਾ ਚੁੱਪ ਦਾ ਗਾਣਾ ਬਖਸ਼ੋ ਆਰਤੀ
ਲਓ ਵੀ ਮਿੱਤਰੋ, ਇੱਕ ਤਾਜ਼ਾ ਗੀਤ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ। ਗੀਤ ਹੈ ਜੇਠ ਭਰਜਾਈ ਦਾ, ਅਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਜਦੋਂ ਨਿੱਕੇ ਭਰਾ ਸਾਰੇ ਵਿਆਹ ਜਾਣ ਅਤੇ ਸਾਰਿਆਂ ਨਾਲੋਂ ਵੱਡਾ ਫਾਡੀ ਰਹਿ ਜੇ ਨਾ, ਉਦੋਂ ਫਿਰ ਉਹ ਛੋਟੇ ਭਰਾਵਾਂ ਦੀਆਂ ਜਦੋਂ ਮੋਰਨੀ ਵਰਗੀਆਂ ਵਹੁਟੀਆਂ ਪਹਿਲਾਂ ਪਾਉਂਦੀਆਂ ਵਿਹੜੇ 'ਚ ਵਹਿੰਦਾ, ਫਿਰ ਉਹਦਾ ਕਾਲ ਜਾਂ ਅੰਦਰ ਬਾਹਰ ਜਾਂ ਨਿਕਲਦਾ ਰਹਿੰਦਾ। ਫਿਰ ਸੋਚਦਾ ਰੱਬ ਅੱਗੇ ਅਰਦਾਸਾਂ ਕਰਦਾ, ਹੇ ਸੱਚਾ ਪਾਤਸ਼ਾਹ ਕਿਤੇ ਸਾਨੂੰ ਵੀ ਇਹੋ ਜਿਹੀ ਤੀਵੀਂ ਦੇ, ਬਾਹਰੋਂ ਆਏ ਨੂੰ ਤੱਤਾ ਪਾਣੀ ਮਿਲ ਜਾਓ, ਜਦੋਂ ਕਿਤੇ ਰੋਟੀ ਰਾਟੀ ਜਦੋਂ ਗੋਡੀ ਕਰਕੇ ਆਏ ਹੋਵੋਗੇ ਵੇਲੇ ਫਿਰ ਰੋਟੀ ਖਾ ਲਾਂਗੇ, ਜਦੋਂ ਕਿਤੇ ਬੱਦਲ ਬੁੱਦਲ ਬਣੇ ਹੋਣਗੇ ਫਿਰ ਰਜਾਈ ਨਿੱਕੀ ਕਰ ਲਾਂਗੇ। ਜਦੋਂ ਕੋਈ ਚਾਰਾ ਨਹੀਂ ਚੱਲਦਾ ਵਿਚਾਰੇ ਦਾ, ਹਾਰ ਕੇ ਫਿਰ ਉਦੋਂ ਠਰਕੀ ਸੁਭਾਅ ਦਾ ਹੋ ਜਾਂਦਾ, ਐਵੇਂ ਬਾਲਟੀ ਲੈ ਕੇ ਨਲਕੇ 'ਤੇ ਅੱਪੜ ਜਾਂਦਾ, ਸੋਚਦਾ ਵੀ ਚਲੋ ਯਾਰ ਭਾਬੀਆਂ ਉੱਥੇ ਪਾਣੀ ਭਰਦੀਆਂ ਹੋਣਗੀਆਂ, ਆਪਾਂ ਵੀ ਚੱਲਦੇ ਹਾਂ ਉੱਥੋਂ ਪਾਣੀ ਭਰ ਲਿਆਈਏ। ਚਲੋ ਜੇ ਕਿਸੇ ਨੇ ਗਲਤੀ ਨਾਲ ਛੋਟੀ ਨੇ ਸੋਲਾ ਮਾਰ ਲਈ, ਲੈਵੇ ਮਹਿੰਦਰ ਸਾਹਿਬ ਜਿਹੜਾ ਕੜਾਈ 'ਚ ਕਾ ਜਾ, ਚੱਲ ਜੇ ਹੱਥ ਨਾਲ ਹੱਥ ਲੱਗ ਗਿਆ ਤਾਂ ਵੀ 5-6 ਦਿਨ ਅਸੀਂ ਕੱਢ ਲਾਂਗੇ। ਬਾਹਰਲੇ ਖੇ 'ਚ ਜੇਠ ਹਲਵਾਉਂਦਾ, ਛੋਟੀ ਭਾਬੀ ਦੀ ਕਿਤੇ ਬਦਕਿਸਮਤੀ ਨਾਲ ਆ ਗਈ ਵਾਰੀ, ਰੋਟੀ ਲੈ ਕੇ ਜਾ ਵੜਦੀ ਹੈ ਉੱਥੇ, ਹੁਣ ਤਿੱਖੜ ਦੁਪਹਿਰ ਵੱਜੀ ਹੈ, ਰੋਟੀ ਲੈਂਦਾ ਰਖਾ, ਨਾਲੇ ਤਾਂ ਖਾਂਦਾ ਹੱਥ ਪੱਲਾ ਧੋ ਕੇ ਰੋਟੀ, ਨਾਲੇ ਫਿਰ ਉੱਥੇ ਨਾਲੇ ਗੱਲ ਸੁਣੋ, ਤੁਹਾਡੇ ਕੋਲ ਇੰਨੀਆਂ ਇੰਨੀਆਂ ਮਹਿੰਗੀਆਂ ਟੇਪਾਂ, ਸਮਝੀ ਗੱਲ, ਤੇ ਤੁਸੀਂ ਇਹਨਾਂ ਨੂੰ ਲੈ ਕੇ ਬਹਿ ਜਾਓ ਉੱਥੇ ਵੀ ਇੰਨੀ ਟੇਪ ਵਧੀਆ ਹੋਊ, ਤੁਹਾਡਾ ਧਿਆਨ ਤਾਂ ਨਾ ਉਠਾ ਭਾਵੇਂ ਕੁਛ ਕਰੀ ਜਾਵੇ।
ਮੋਟਰਸਾਈਕਲ ਬਣਿਆ ਫਿਰਦਾ ਹੈ ਤੇਰੇ ਹੁੰਦੇ ਮੋਟੇ ਵਾਲੇ ਜੱਟ ਦੁੱਖੜੇ ਸਹਾਰੇ ਹੋਰ ਕਿੰਨੇ ਕੁ ਵਿਚਾਰਾ ਦੁੱਖ ਸਹੂ ਤੇ ਮਰ ਗਿਆ ਜੇ ਵਿਚੜਾ ਤੇਰੇ ਗਿਣ ਗਿਣ ਬਦਲੇ ਲਊ ਤੇ ਮਰ ਗਿਆ ਜੇ ਵਿਚੜਾ ਅੱਖੀ ਗਿਣ ਗਿਣ ਬਦਲੇ ਲਊ ਤੇ ਮਰ ਗਿਆ ਜੇ ਵਿਚੜਾ ਰੋਟੀ ਲੈ ਕੇ ਗਈ ਤੁਸੀਂ ਦੱਸੋ ਉਹਨੂੰ ਚਾਹ ਨਾ ਚੜੂ ਤਾਂ ਕੀ ਹੋਊ ਇਹੋ ਜਿਹਾ ਅਖੰਡ ਪਾਠ ਕਰਾਉਂਦਾ ਫਿਰੂ ਬਈ ਫੁੱਲ ਮਾਰ ਗਿਆ ਜੇਠ ਤੇਰੇ ਦਰ ਤੇ ਐਨੀ ਰੋਲ ਖੁੱਲ ਮਾਰ ਗਿਆ ਜੇਠ ਤੇਰੇ ਦਰ ਤੇ ਰੋਲ ਖੁੱਲ ਮਾਰ ਗਿਆ ਜੇਠ ਤੇਰੇ ਦਰ ਤੇ ਸੁੱਤੀ ਨੂੰ ਡਰਾਉਂ ਤੇ ਕਕਾਉਂ ਸਿਰ ਚੜ ਕੇ ਮਿਲਦੀ ਨੀ ਮੱਝ ਪੱਪੂ ਵੀਰੇ ਨਾ ਵਰਾ ਮਿਲਦੀ ਨੀ ਮੱਝ ਪੱਪੂ ਵੀਰੇ ਨਾ ਵਰਾ ਮੜੀ ਜੇਠ ਦੀ ਪੂਜਣੀ ਪਊ ਤੇ ਮਰ ਗਿਆ ਦੇਵ ਚੜਾ ਤੇਰੇ ਗਿਣ ਗਿਣ ਬਦਲੇ ਲਊ ਤੇ ਮਰ ਗਿਆ ਦੇਵ ਚੜਾ ਐਨੀ ਗਿਣ ਗਿਣ ਬਦਲੇ ਲਊ ਉਹ ਪੈੜਾ ਦੇਵ ਚੜਾ ਕੁੜੀ ਲੱਭ ਜਿਹੜੇ ਜੱਗ ਤੇ ਔਤ ਨਾ ਰਹੂ ਤੇ ਮਰ ਗਿਆ ਦੇ ਵਿਚੜਾ ਤੇਰੇ ਗਿਣ ਗਿਣ ਬਦਲੇ ਲਊ ਗਿਣ ਗਿਣ ਬਦਲੇ ਲਊ ਮੈਂ ਕਿਹਾ ਗਿਣ ਗਿਣ ਬਦਲੇ ਲਊ ਕੁਝ ਨੀ ਵੇਖਿਆ ਤੂੰ ਪੜਦੀ ਲਿਓ ਲਾ ਕੇ
ਤੇਰਾ ਝੂਠਾ ਲਾਰਾ ਵਿੱਚ ਖਿੰਡ ਕੇ ਛਾਪੇ ਮਾਰ ਗਿਆ ਤੇਰਾ ਝੂਠਾ ਲਾਰਾ ਵਿੱਚ ਖਿੰਡ ਕੇ ਛਾਪੇ ਤੇਰੀ ਮਾਰ ਰਿਹਾ ਕਵਾਰਾ ਤੇਰੀ ਬਣ ਗਈ ਤੂੰ ਆਪਣੇ ਮਾਲਕ ਦੇ ਜਾ ਕੇ ਤੈਂ ਆਪਣੇ ਮਾਲਕ ਦੇ ਜਾ ਕੇ ਅੱਗੇ ਇਸ਼ਕ ਦੀ ਸਿੱਕੀ ਨੀਰਾਰ ਬਗਾਨੇ ਆਦਰ ਥੋੜਾ ਮੈਂ ਕਾ ਨਾਰ ਬਗਾਨੇ ਆਦਰ ਥੋੜਾ ਨਾਰ ਬਗਾਨੇ ਆਦਰ ਥੋੜਾ ਮੈਰ ਮਮਿਲ ਦੇ ਲੇਕੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਰੂੜਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਰੂੜਾ ਵੀ ਰੂੜੇ ਦੀ ਕਨਾਰ ਸੁਣੀ ਦੀ ਰੂੜੀ ਦੀ ਕਨਾਰ ਸੁਣੀ ਦੀ ਰੂੜੀ ਦੀ ਕਨਾਰ ਸੁਣੀ ਦੀ ਘਰ ਦੀ ਗੋਹਾ ਕੂੜਾ ਰੂੜੀ ਦੀ ਕਨਾਰ ਸੁਣੀ ਦੀ ਘਰ ਦੀ ਗੋਹਾ ਕੂੜਾ ਵੀ ਪੈਰਾਂ ਦੀ ਵਿੱਚ ਰੱਖੀ ਝਾਂਜਰਾਂ ਪੈਰਾਂ ਦੇ ਵਿੱਚ ਰੱਖਦੀ ਝਾਂਜਰਾਂ ਪੈਰਾਂ ਦੇ ਵਿੱਚ ਰੱਖੀ ਝਾਂਜਰ ਪੈਰਾਂ ਦੇ ਵਿੱਚ ਰੱਖ ਕੇ ਝਾਂਜਰਾਂ ਬਾਂਹ ਵਿੱਚ ਰੱਖਦੀ ਚੂੜਾ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਬਾਰੂ ਵੀ ਸਾਲ ਸੋਲਵੇਂ ਪੈਰ ਧਰ ਲਿਆ ਸਾਲ ਸੋਲਵੇਂ ਪੈਰ ਧਰ ਲਿਆ ਸਾਲ ਸੋਲਵੇਂ ਪੈਰ ਧਰ ਲਿਆ ਹਾਂ ਮਿੱਤਰਾਂ ਦੀ ਮਾਰੂ ਸਾਲ ਸੋਲਵੇਂ ਪੈਰ ਧਰ ਲਿਆ ਹਾਂ ਮਿੱਤਰਾਂ ਦੀ ਮਾਰੂ ਹੁਣ ਇਸ਼ਕ ਤੇਰੇ ਦਾ ਚੜ ਗਿਆ ਤਈਆ ਹੋ ਇਸ਼ਕ ਦਾ ਤੈਨੂੰ ਚੜਿਆ ਤਈਆ ਇਸ਼ਕ ਦਾ ਤੈਨੂੰ ਚੜ ਗਿਆ ਤਈਆ ਕਿਹੜਾ ਵੈਰਿਆ ਤਾਰੋ ਰੋਂਦੇ ਯਾਰ ਖੜੇ ਕੀ ਮੁਕਲਾਵਾ ਤਾਰੋ ਮਰ ਗਏ ਯਾਰ ਖੜੇ ਮੁਕਲਾਵਾ ਤਾਰੂ ਰੋਂਦੇ ਯਾਰ ਖੜੇ ਹੋ ਉੱਚਾ ਚਵਾਰਾ ਉੱਚੀਆਂ ਪੌੜੀਆਂ ਉੱਚਾ ਚਵਾਰਾ ਤੇਰੀ ਉੱਚਾ ਚਵਾਰਾ ਚੰਦਪੁਰੇ ਉੱਚਾ ਚਵਾਰਾ ਉੱਚੀਆਂ ਪੌੜੀਆਂ ਬਦਲੋ ਰੂਪੀ ਵੇਲੇ ਨੀ ਨਾ ਤੇਰੇ ਦੀ ਰੋਜ਼ ਆਰਤੀ ਨਾ ਤੇਰੀ ਦੀ ਰੋਜ਼ ਆਰਤੀ ਨਾ ਤੇਰੀ ਦੀ ਰੋਜ਼ ਆਰਤੀ ਮੈਂ ਕਰਦੀ ਦੋ ਵੇਲੇ ਨਾ ਤੇਰੀ ਦੀ ਰੋਜ਼ ਆਰਤੀ ਮੈਂ ਕਰਦੀ ਦੋ ਵੇਲੇ ਇਸ਼ਕ ਤੇਰੇ ਵਿੱਚ ਪਾਗਲ ਹੋ ਕੇ ਉਹ ਇਸ਼ਕ ਨੱਡੀ ਪਾਗਲ ਹੋਈ ਇਸ਼ਕ ਤੇ ਯਾਰੋ ਚੱਲੀ ਹੋਗੀ ਰੋਜ਼ ਨਮਾੜੇ ਖੇਲੇ ਵਿਛੜੇ ਦਣਾ ਦੇ ਹੁਣ ਸੁਣੋ ਕੀ ਮੇਲੇ ਵਿਛੜੇ ਦਣਾ ਦੇ ਹੁਣ ਸੁਣੋ ਕੀ ਮੇਲੇ ਵਿਛੜੇ ਦਣਾ ਦੇ ਹੁਣ ਸੁਣੋ ਕੀ ਮੇਲੇ ਵਿਛੜੇ ਸੱਜਣਾ ਦੇ ਜਿਹੜਾ ਤੁਸੀਂ ਆਪਣੇ ਸਪੀਕਰਾਂ 'ਚ ਰਿਵਾਲਡ ਵੱਜਦੇ ਸੁਣਦੇ ਹੋ ਇਹਨੂੰ ਕੀ ਹੋ ਗਿਆ ਪਹਿਲਾਂ 15-13 ਵੀ ਮੇਰੇ ਵਰਗਾ ਹੀ ਹੈ ਮੈਨੂੰ ਤਾਂ ਲੱਗਦਾ ਸਾਡਾ ਬੜਾ ਇੱਧਰ ਗੇੜਾ ਮਾਰ ਗਿਆ ਆਓ ਬਈ ਕੀ
ਪਤਾ ਲੱਗਦਾ ਵੀ ਸਿੱਧੂ ਸ਼ਾਹ ਦਾ ਮੇਲਾ ਵੇਂਦਾ ਵੇਂਦਾ ਇੱਧਰ ਉੱਧਰ ਤੜਕ ਆਇਆ। ਲਓ ਤੁਹਾਡੀ ਆਪਣੀ ਪਸੰਦੀ ਤੇ ਰਿਕਾਰਡ ਦੇ ਵਿੱਚੋਂ ਵੀ ਤੇ ਨਾਲ ਹੀ ਨਵਾਂ ਗੀਤ ਇੱਕ ਕੋਈ ਸੱਜਣਾ ਦੀ ਫਰਮਾਇਸ਼ ਆਈ ਉਹ ਵੀ ਸੁਣਾਵਾਂਗੇ। ਲੋ ਸੁਣਦਾ ਗੌਰ ਮਸੂ ਤੇ ਆਪ ਵੀ ਚੰਗਾ ਤੁਕੜ ਮਹਿਰ ਕਰਾ ਜੀ ਹੈ।
ਸਾਹਮਣੇ ਕੀਤੀ ਇਹਨਾਂ ਤੇਰਾ ਗੌਰ ਨਾਲ ਸੁਣਨਾ ਇਹ ਅਸੀਂ ਰਿਕਾਰਡ ਕਰਾ ਰਹੇ ਹਾਂ ਕਿ ਉਹ ਬਿੱਲੂ ਉਹਨਾਂ ਨੂੰ ਜੇ ਉਹਨਾਂ ਦਾ ਮਰ ਜਾਂਦਾ ਗਲੀ ਦੇ ਵਾਂਗੂ ਖੜ ਜਾਂਦਾ ਚੁੱਪ ਨਾ ਕਸੀ ਤੇ ਬਹਿ ਸਕਿਆ ਤੁਸੀਂ ਕੁੜੀਆਂ ਵਾਲੀਆਂ ਕੁਝ ਨੀ ਜਵਾਨੋਂ ਕਹਿ ਸਕਿਆ ਨੀ ਤੁਸੀਂ ਕੁੜੀਆਂ ਵਾਲੀਆਂ ਕੁਝ ਨੀ ਜਵਾਨੋਂ ਕਹਿ ਸਕਿਆ ਤੁਸੀਂ ਵਾਲੀਆਂ ਸਾਰੀਆਂ ਪਾਸੇ ਪਤਾ ਨੀ ਕੀ ਸੱਪ ਨਿਕਲਿਆ ਹੋਇਆ। ਮੈਂ ਬੇਨਤੀ ਕਰਦਾ ਵੀ ਸਾਰੇ ਚੰਗੀ ਤਰ੍ਹਾਂ ਬੈਠੇ ਹੋਏ ਆ, ਬਾਹਰੋਂ ਆਏ ਤਾਂ ਬੰਦੇ ਹੀ ਆ, ਸਾਰੇ ਸੱਜਣਾਂ ਦਾ ਪਿਆਰ ਉਧਰ ਹੈ, ਇਹ ਪਿੱਛੇ ਅੜ ਕੇ ਜਰਾ ਪਿਆਰ ਨਾਲ ਖੜ ਜਾਣ ਤਾਂ ਕਿ ਸਾਰੇ ਪ੍ਰੋਗਰਾਮ ਠੀਕ ਤਰ੍ਹਾਂ ਸੁਣ ਲਓ। ਪਾਣੀ ਪਾਣੀ ਹੁੰਦੀ ਜਾਵਾਂ ਜਦੋਂ ਇੱਕ ਨੇ ਕਿਹਾ ਹੱਥ ਮਾਰੇ
ਤਰ੍ਹਾਂ ਵੀ ਜੋੜਦੀ ਗਈ ਕਿੰਨੀ ਸੋਹਣੀ ਲੱਗੀ ਤੂੰ ਮੁੰਡਾ ਦਿਨਾਂ ਦੇ ਵਿੱਚ ਰਾਤੀ ਸੁੱਕਦੀ ਨੀਂਦ ਨਹੀਂ ਪੈ ਸਕਿਆ ਤੁਸੀਂ ਚੂੜੀਆਂ ਵਾਲੀ ਕੁਝ ਨੀ ਜ਼ਬਾਨੋਂ ਕਹਿ ਸਕਿਆ ਨੀ ਤੁਸੀਂ ਚੂੜੀਆਂ ਵਾਲੀਆਂ ਕੁਝ ਨੀ ਜ਼ਬਾਨੋਂ ਕਹਿ ਸਕਿਆ ਤੁਸੀਂ ਚੂੜੀਆਂ ਵਾਲੀਆਂ ਵੱਡੀ ਪਰਦਾਈ ਨੇ ਮੈਂ ਇੱਕ ਨੀ ਸੋਹਣੀਏ ਤੈ ਤੱਕਿਆ ਨੀ ਤੁਸੀਂ ਕੁੜੀਆਂ ਨਾਲ ਕੁਝ ਨੀ ਜ਼ਬਾਨੋਂ ਕਹਿ ਤੱਕਿਆ ਤੁਸੀਂ ਕੁੜੀਆਂ ਵਾਲਿਆ ਗੱਲ ਕਰਾ ਰਹੇ ਹਾਂ ਇਹ ਗੀਤ ਦੇ ਨਾਲ ਹੀ ਇੱਕ ਕਾਲਜ ਮੁੰਡਾ ਪੜ੍ਹਦਾ ਹੋਇਆ ਉਹਦਾ ਚਿਤਨਾ ਕੀਤਾ ਤੇ ਕਾਲਜ ਚ ਉੱਠ ਕਰਿਆ ਹਾਏ ਉਹ ਪੜ੍ਹਦਾ ਹੋਇਆ ਕਾਲਜ ਚ ਉੱਠ ਕਰਿਆ ਸੋਚਦਾ ਵੀ ਚਲੋ ਯਾਰ ਹੁਣ ਪੜ੍ਹਨ ਨੂੰ ਜੀ ਨਹੀਂ ਕਰਦਾ ਬਿਜ਼ਨਸ ਕਰ ਲਈਏ ਬਿਜ਼ਨਸ ਕਰ ਲਈਏ ਨਵਾਂ ਟਰੱਕ ਲੈ ਆਇਆ ਜਦੋਂ ਗੇੜਾ ਲਿਆਉਣ ਚੱਲਿਆ ਤੇ ਅੱਡੇ ਦੇ ਵਿੱਚ ਜਿੱਥੇ ਪਹਿਲਾਂ ਲਵ ਲੈਟਰ ਚੱਲਦੇ ਹੁੰਦੇ ਸੀ ਕਹਾਣੀ ਕਿੱਸਾ ਸੀ ਉਹ ਕੁੜੀ ਅੱਡੇ 'ਚ ਕਿਤਾਬਾਂ ਲੈ ਕੇ ਖੜੀ ਹੈ ਉਹ ਕਾਲਜ ਨੂੰ ਜਾ ਰਹੀ ਹੈ ਜ਼ਰਾ ਗੌਰ ਨਾਲ ਸੁਣਨਾ ਉੱਥੇ ਬ੍ਰੇਕ ਮਾਰ ਕੇ ਉਹਦੇ ਨਾਲ ਗੱਲਾਂ ਕਰਦਾ ਉਹ ਨਕੀਦ ਜਵਾਬ ਦਿੰਦੀ ਹੈ ਅੱਗੋਂ ਕੀ ਕਹਿੰਦਾ ਪਰ ਉਹ ਕੌਲਾਂ ਦਾ ਦਿੰਦੀ ਹੈ ਵੀ ਸੱਜਣਾ ਯਾਰਾਂ ਨਾਲੋਂ ਗੱਡੀ ਚੰਗੀ ਨਹੀਂ ਹੁੰਦੀ ਜ਼ਰਾ ਗੌਰ ਨਾਲ ਸੁਣੋ ਕੀ ਕਹਿ ਰਹੀ ਹੈ ਤੇ ਅੱਗੋਂ ਕੀ ਜਵਾਬ ਦਿੰਦਾ ਐਲ ਕੇ ਕਾਲ ਕਰਾਉਣੇ ਗੀਤ ਨੂੰ ਅਸੀਂ ਛੱਡੀ
ਸਿੰਘ ਫੜ ਕੇ ਪੈਂਦਾ ਜਦੋਂ ਮੈਂ ਹੈਂਡਲ ਫੜ ਕੇ ਦਿਲ ਤਾਰੋਂਦਾ ਹੋ ਕੇ ਭਰ ਕੇ ਤੈਨੂੰ ਯਾਦ ਕਾਨੀ ਕਰਕੇ ਤੈਨੂੰ ਯਾਦ ਕਾਨੀ ਕਰਕੇ ਗੇ ਗੱਡੀ ਦਾ ਲਾਵਾਨੀ ਚੱਲ ਮੈਂ ਜਿੱਥੇ ਆ ਕੇ ਤੈਨੂੰ ਛੱਡ ਕੇ ਆਵਾਨੀ ਉਹ ਚੱਲ ਮੈਂ ਜਿੱਥੇ ਆ ਕੇ ਤੈਨੂੰ ਛੱਡ ਕੇ ਆਵਾਨੀ ਤੈਨੂੰ ਯਾਦ ਕਾਨੇ ਕਰਕੇ ਗੇਰ ਗੱਡੀ ਦਾ ਲਾਵਾਨੀ ਉਹ ਚੱਲ ਮੈਂ ਜਿੱਥੇ ਆ ਕੇ ਤੈਨੂੰ ਛੱਡ ਕੇ ਆਵਾਨੀ ਚੱਲ ਮੈਂ ਜਿੱਥੇ ਆ ਕੇ ਤੈਨੂੰ ਛੱਡ ਕੇ ਆਵਾਨੀ ਤੂੜੀ ਹੁਣੇ ਪਚਾਵਾਂ ਪਹਿਲੋਂ ਕਾਲਜ ਛੱਡ ਕੇ ਆਵਾਂ ਉਹ ਪਿੱਛੋਂ ਮੈਂ ਪਟਿਆਲੇ ਜਾਵਾਂ ਪਿੱਛੋਂ ਮੈਂ ਪਟਿਆਲੇ ਜਾਵਾਂ ਹੋ ਕੇ ਬਹਿਦਾ ਨੇੜੇ ਨੂੰ ਛੁੱਟੀ ਮਿਲੀ ਤਾਂ ਫੇਰ ਵੀ ਲੈ ਜੋ ਮੁੜਦੇ ਗੇੜੇ ਨੂੰ ਛੁੱਟੀ ਮਿਲੀ ਤਾਂ ਫੇਰ ਵੀ ਲੈ ਜੋ ਮੁੜਦੇ ਗੇੜੇ ਨੂੰ ਜੇ ਮੈਂ ਹੋ ਕੇ ਬੈਗੀ ਨੇੜੇ ਸੱਚੀ ਹੋ ਕੇ ਬੈਗੀ ਨੇੜੇ ਦੇਖ ਲੱਗਣੇ ਫੇਰ ਨੀ ਗੇੜੇ ਮੇਰੇ ਹਾਲ ਭੇਜਿਆ ਮੇਰੇ ਮੇਰੇ ਹਾਲ ਭੇਜਿਆ ਮੇਰੇ ਐਕਸੀਡੈਂਟ ਕਰਾ ਲੇਗਾ ਰਮਲੇ ਵਾਂਗੂ ਤੂੰ ਵੀ ਗੱਡੀ ਨਵੀਂ ਬਣਾ ਲੇਗਾ ਰਮਲੇ ਵਾਂਗੂ ਤੂੰ ਵੀ ਗੱਡੀ ਨਵੀਂ ਬਣਾ ਲੇਗਾ ਉਹ ਭਾਵੇਂ ਟੁੱਟ ਦੇ ਗੱਡੀ ਮੇਰੀ ਟੁੱਟ ਦੇ ਗੱਡੀ ਮੇਰੀ ਪੂਰੀ ਕਰੋ ਤਮੰਨਾ ਤੇਰੀ ਮਾਇਆ ਮੇਰੇ ਕੋਲ ਬਥੇਰੀ ਮਾਇਆ ਮੇਰੇ ਕੋਲ ਬਥੇਰੀ ਗੱਡੀ ਨਵੀਂ ਲਿਆਵਾਂਗੇ ਪੁੱਟੇ ਪਿੰਡ ਵਿੱਚ ਤਲ ਕੇ ਦੋਨੇ ਐਸ਼ ਉਡਾਵਾਂਗੇ ਪੁੱਟੇ ਪਿੰਡ ਵਿੱਚ ਤਲ ਕੇ ਦੋਨੇ ਰੌਣ ਪਵਾਵਾਂਗੇ ਪੁੱਟੇ ਪਿੰਡ ਵਿੱਚ ਤਲ ਕੇ ਦੋਨੇ ਸ਼ੁਗਲ ਮਨਾਵਾਂਗੇ ਕੇ ਦੋਨੇ ਐ ਛੁੜਾਵਾਂਗੇ ਕੀ ਹੋ ਗਿਆ ਜੇ ਯਾਰਾ ਕੱਟੀ ਨਵੀਂ ਲਿਆ ਆਵੇ ਜੀ ਤੁਸੀਂ ਸੁਣ ਰਹੇ ਸੀ ਜਿਨ੍ਹਾਂ ਸੱਜਣਾਂ ਨੇ ਇਨਾਮ ਦਿੱਤੇ ਨੇ ਆਪ ਆਪਣੇ ਨਾਂ ਸੁਣੋ ਫਿਰ ਅਗਲਾ ਪ੍ਰੋਗਰਾਮ ਦੱਸਦੇ ਵੀ ਕੀ ਬਣਦਾ ਆ ਜਾ ਬਾਈ ਨੰਗਿਆ ਗੇਟ ਬਲਵੰਤ ਢਿੱਲੋਂ ਜੀ 10 ਰੁਪਏ ਸਪੈਸ਼ਲ ਭੇਜਦੇ ਨੇ ਮੜਾਕ ਵਾਲੇ ਸੱਜਣ ਇਹਨਾਂ ਦੋ ਕਲਾਕਾਰਾਂ ਨੂੰ ਸਰਪੰਚ ਸਾਹਿਬ ਬੜੀ ਮਿਹਰਬਾਨੀ ਉਹਨਾਂ ਦੀ ਹਾਂਜੀ ਦਰਬਾਰਾ ਸਿੰਘ ਜੀ ਪਿੰਡ ਤਲਵੰਡੀ ਭਾਈ ਤੋਂ 1 ਰੁਪਈਆ ਕਰਨੈਲ ਸਿੰਘ ਤਲਵੰਡੀ ਭਾਈ ਤੋਂ 1 ਰੁਪਈਆ ਜਰਨੈਲ ਸਿੰਘ ਸਾਬਕਾ ਮੈਂਬਰ 1 ਰੁਪਈਆ 5 ਰੁਪਈਏ ਮਾਲ ਪਟਵਾਰੀ ਸਾਹਿਬ ਪੁਸ਼ਪਾ ਰਾਣੀ ਜੀ ਲੈ ਕੇ ਆ ਰਹੇ ਨੇ ਮੈਂ ਬੜਾ ਖੁਸ਼ ਹਾਂ
ਬਈ ਇੱਕ ਅਮਲੀ ਬਿਲਕੁਲ ਨਵਾਂ ਗੀ, ਇੱਕ ਅਮਲੀ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਭਾਗਵਾਨ ਨੇ ਮੈਨੂੰ ਕਿਤੋਂ ਕੰਡਾ ਲਿਆ ਦੇ, ਮੇਰਾ ਸਰੀਰ ਬਿਲਕੁਲ ਟੁੱਟਿਆ ਪਿਆ। ਉਹ ਅਮਲੀ ਬਿਨ ਆਈ ਦੇ ਮਰਦਾ ਤੇ ਪਈ ਰਾਣਕਣ ਲਾਨੇ, ਪਹਿਲਾਂ ਨਸ਼ੇ ਵਿੱਚ ਕਰ ਲੈ ਵੇਰ ਕਰਾ ਦੂੰ ਗੱਲਾਂ ਨੇ, ਪਹਿਲਾਂ ਨਸ਼ੇ ਵਿੱਚ ਕਰ ਲੈ ਵੇਰ ਕਰਾ ਦੂੰ ਗੱਲਾਂ ਨੇ। ਭੁੱਕੀ ਗਾਵਾਂਗੇ ਚੂਲੀ ਪਿੱਛੋਂ ਚੱਕੀ ਚੋਵੇਂਗੀ, ਉਹ ਚੰਗਾ ਹੁੰਦਾ ਸੀ ਅਮਲੀ ਚੇਤੇ ਕਰ ਕਰ ਰੋਵੇਂਗੀ, ਉਹ ਚੰਗਾ ਹੁੰਦਾ ਸੀ ਖੋਡਾ ਚੇਤੇ ਕਰ ਕਰ ਰੋਵੇਂਗੀ। ਚੰਗਾ
ਨੂੰ ਪਤਾ ਲੱਗਿਆ ਵੀ ਕੱਖ ਨੀ ਕਰਦੀ ਤੇ ਕੀ ਹਾਰ ਕੇ ਕਹਿੰਦਾ ਉਹ ਚੰਗਾ ਚਾਈ ਤਿੱਖੀ ਬਣਾ ਦੇ ਪੱਤੀ ਤੇਜ ਦਾ ਰਾਹ ਕੂ ਪਾ ਦੇ ਵਾਲੇ ਦੋ ਤਿੰਨ ਵਾਰ ਦਵਾ ਦੇ ਵਾਲੇ ਦੋ ਤਿੰਨ ਵਾਰ ਦਵਾ ਦੇ ਉੱਠਣ ਜੋਗਾ ਕਰਦੇ ਨੀ ਉਹ ਰਮਲੇ ਵਰਗੇ ਅਮਲੀ ਮੋਸ਼ਨ ਹੌਲੀ ਫੜਦੇ ਨੀ ਰਮਲੇ ਵਰਗੇ ਅਮਲੀ ਮੋਸ਼ਨ ਹੌਲੀ ਫੜਦੇ ਨੀ ਤੇਰੀਆਂ ਬਲੌਰੀ ਟੂਣ ਆ ਰਹੀਆਂ ਪੱਗ ਕੱਜਲੇ ਦੀ ਤਾਰਨੀ ਸ਼ਿੰਗਾਰੀਆਂ ਤੇਰੀਆਂ ਬਲੌਰੀ ਟੂਣ ਆ ਰਹੀਆਂ ਉਹ ਪੱਗ ਕੱਜਲੇ ਦੀ ਤਾਰਨੀ ਸ਼ਿੰਗਾਰੀਆਂ ਜਦੋਂ ਵੇਖਿਆ ਦੁਨਾਲ ਜਈ ਵੱਜ ਗਈ ਨੀ ਸੁਣ ਚੰਨੀ ਵੇਖਿਆ ਦੁਨਾਲ ਜਈ ਵੱਜ ਗਈ ਨਿਕਾਲ ਜੇ ਤੇ ਫੱਟ ਹੋ ਗਿਆ ਨੀ ਡੱਟ ਦੇ ਅਕੂਲੇ ਤੇਰੇ ਹੱਥ ਨੱਦੀਏ ਨੀ ਕਰ ਪੱਟ ਦੇ ਤੇਰੀ ਗੱਜ ਲੰਮੀ ਵੇ ਕਾਲੀ ਗੁੱਤਨੀ ਉਹ ਕਈ ਮਾਰ ਗਏ ਜਤਾਂ ਦੇ ਗਾਏ ਪੁੱਤਨੀ ਚੌਂਕ ਨਾਲ ਤੂੰ ਬਣਾਈ ਗੋਣੀ ਰੱਬ ਨੇ ਨੀ ਸੁਣ ਚੰਨੀ ਚੌਂਕ
ਟੌਗ ਨਾਲ ਤੂੰ ਬਣਾਈ ਹੋਣੀ ਰੱਬ ਨੇ, ਟੌਗ ਨਾਲ ਤੂੰ ਬਣਾਈ ਹੋਣੀ ਤਾਂ ਤੇਰੇ ਨੀ ਵੇਲਾ ਜਿਹਾ ਟਾਈਮ ਕੱਢ ਕੇ ਭਰੀਏ ਭਰੀਏ, ਗੁੰਦਵਾਂ ਸਰੀਰ ਵੇਖ ਕੇ ਵੀ ਕਾਹਤੋਂ ਚਰੀਏ। ਥੋੜਾ ਜਿਹਾ ਪਿਆਰ ਮੇਰੇ ਨਾਲ ਵੀ ਕਰ ਲਾ, ਕਰ ਲਾ ਪਿਆਰ ਇਹਦੇ ਨਾਲ, ਨਾਲੇ ਮੂੰਹ ਸੀਨੇ ਵਿੱਚ ਬਹਿ ਗਈ, ਟੱਟ ਬਹਿ ਗਿਆ ਮੈਂ ਠੰਡਾ ਉਹ ਕਪਾਰ ਕੇ ਨੀ ਸੁਣ ਪਤਲ, ਬਹਿ ਗਿਆ ਮੈਂ ਠੰਡਾ ਉਹ ਕਪਾਰ ਕੇ ਨੀ ਕਾਲ ਜਿੱਤੇ ਹੱਥ ਰੱਖ ਕੇ ਰਾਣੀਏ ਰਾਣੀਏ, ਤੇ ਹੱਥ ਕੇ ਤੂੰ ਕੋਲੋਂ ਲੰਘ ਗਈ ਡੁੱਬ ਜਾਣੀਏ ਲੰਘ ਗਈ ਡੁੱਬ ਜਾਣੀਏ। ਕੀ ਤੁਸੀਂ ਸੁਣ ਰਹੇ ਸੀ? ਲਓ ਜਿਨ੍ਹਾਂ ਸੱਜਣਾਂ ਨੇ ਜੰਗੀਰ ਸਿੰਘ ਜੀ ਛੜਾ, ਪੰਜ ਰੁਪਏ ਗੁਰਦੇਵ ਸਿੰਘ ਜੀ ਇਹ ਸੱਤ ਨਾਮ ਭੇਜਦੇ ਨੇ, ਬੜੀ ਮਿਹਰਬਾਨੀ ਉਹਨਾਂ ਦੀ। ਲਓ ਬਾਕੀ ਜਿਹੜੇ ਨਾਮ ਹੈਗੇ ਨੇ ਚੰਗੀ ਤਰ੍ਹਾਂ ਸੁਣ ਲਓ, ਫਿਰ ਅਗਲਾ ਪ੍ਰੋਗਰਾਮ ਦੱਸਦੇ ਨੇ ਕੀ ਬਣਦਾ। ਹਾਂਜੀ ਲਓ ਜੀ, ਦਸ ਰੁਪਈਏ ਸਰਪੰਚ ਸਾਹਿਬ ਸਾਡੇ ਪਿੰਡ ਦੇ ਸਰਪੰਚ ਸਾਹਿਬ ਨਵੇਂ ਕਿਲੇ ਦੇ, ਦਸ ਰੁਪਈਏ ਹਰੀਚੰਦ ਚੈਨੇ ਵਾਲੇ, ਪੰਜ ਰੁਪਈਏ ਮਹਿੰਦਰ ਸਿੰਘ ਪਿੰਡ ਨਵਾਂ ਕਿਲਾ, ਇੱਕ ਰੁਪਈਆ ਲਖਵਿੰਦਰ ਸਿੰਘ, ਇੱਕ ਰੁਪਈਆ ਹਾਲੀ ਸਾਹਿਬ, ਇੱਕ ਰੁਪਈਆ ਪ੍ਰਤਾਪ ਸਿੰਘ ਨਵਾਂ ਕਿਲਾ, ਦੋ ਰੁਪਈਏ ਬਲਦੇਵ ਸਿੰਘ ਮਿਸਤਰੀ, ਇੱਕ ਰੁਪਈਆ ਜਰਨੈਲ ਸਿੰਘ ਸਾਹਿਬ ਮੈਂਬਰ ਨਵਾਂ ਕਿਲਾ, ਪੰਜ ਰੁਪਈਏ ਗੁਰਚਰਨ ਸਿੰਘ ਜੀ ਮੈਨੇਜਰ, ਪੰਜ ਰੁਪਈਏ ਮਲ ਸਿੰਘ ਨਵਾਂ ਕਿਲਾ ਤੋਂ। ਆ ਵੀ ਇੱਧਰ ਇੱਕ ਸੁਨੇਹਾ, ਖੱਬੇ ਪਾਸੇ ਬਾਈ ਬੈਠੇ ਆ, ਨਹੀਂ ਖੜੇ ਆ ਰੁਕ, ਇਹਨਾਂ ਨੇ ਮੁੱਛਾਂ ਨੂੰ ਵੱਟ ਦਿੱਤੇ ਤੇ ਨਾਲ ਸੁਨੇਹਾ ਦਿੰਦੇ ਵੀ ਜੇ ਕਿਸੇ ਨੇ ਰੂੜੀ ਬ੍ਰਾਂਡ ਲੈਣੀ ਹੋਵੇ ਤਾਂ ਇਹਨਾਂ ਨੂੰ ਮਿਲ ਲਓ, ਤੇ ਜੇ ਕੋਈ ਪੁਲਿਸ ਵਾਲਾ ਵੀ ਫਿਰਦਾ ਹੋਵੇ ਤਾਂ ਉਹ ਵੀ ਮਿਲ ਲਓ ਇਹਨਾਂ ਨੂੰ। ਹਾਏ ਲੋ ਗੀਤ ਹੈ ਬਾਈ, ਹੁਣ ਥੱਲੇ ਦਾ ਹੋ ਜਾ। ਹਾਂ ਚੱਲ ਇੱਕ ਪਾਸੇ ਹੋ ਕੇ ਬਹਿ ਜਾ ਬਸ ਬਾਈ, ਬਸ ਅੱਲਾ ਤੈਨੂੰ ਗੀਤ ਸੁਣਾਈਏ ਵਧੀਆ ਬਸ। ਲਓ ਜੀ ਆਹ ਗੀਤ ਨੂੰ, ਹਾਂ ਐਸ ਗੀਤ ਨੂੰ ਹੌਲੀ, ਇਹੋ ਜਿਹੇ ਗੀਤ ਨੂੰ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਲੱਗਿਆ ਜਿਹਨੂੰ ਤੁਸੀਂ ਹੋਰ ਡੇਢ ਦੋ ਮਹੀਨੇ 'ਚ ਸਾਡੇ ਇਹਨਾਂ ਰਿਕਾਰਡਾਂ ਵਾਂਗ ਸੁਣਨਾ। ਇੱਕ ਘਰ ਵਾਲੀ ਉਹਦੇ ਘਰ ਵਾਲੇ ਨੂੰ ਇਹ ਗੱਲ ਕਹਿੰਦੀ ਹੈ ਵੀ ਭਲਿਆ ਮਾਨਸਾ, ਤੇਰੀ ਭੂਆ ਦੇ ਪੁੱਤ ਦਾ ਵਿਆਹ ਆ ਗਿਆ ਤੇ ਮੈਂ ਚੰਗੇ ਚੰਗੇ ਸੂਟ ਤਿੰਨ ਚਾਰ ਬਣਾ ਦੇ, ਨਾਲੇ ਬਣਾ ਦੇ ਟੂੰਬਾਂ, ਤੇ ਮੈਂ ਇਹ ਪਟਾਕਾ ਬਣ ਕੇ ਜਾਣਾ।
ਹੁਣ ਸੁਣੋ ਜਰਾ ਵੀ ਉਹ ਵਰਜਦਾ ਵੀ ਭਾਗਵਾਨ ਨੇ ਤੂੰ ਮੇਲ ਚ ਕੀ ਲੈਣ ਜਾਣਾ, ਉਹ ਮੇਲਣ ਬਣ ਕੇ ਜਾਣਾ ਚਾਹੁੰਦੀ ਆ, ਉਹਨੂੰ ਸਮਝਾਉਂਦਾ ਜਰਾ ਗੌਰ ਨਾਲ ਸੁਣਨਾ, ਉਹ ਸਿਆਣਾ ਬੰਦਾ, ਉਹ ਕਹਿੰਦਾ ਮੇਲ ਚ ਨੀ ਜਾਈਦਾ, ਅੱਜ ਕੱਲ ਦੇ ਮੁੰਡੇ ਛੁੰਡੇ ਜਰਾ ਗਰਮ ਤੋਂ ਸੁਭਾਅ ਦੇ ਹੁੰਦੇ ਆ, ਲੋ ਸੁਣੋ ਜਰਾ ਉਹ ਕੀ ਜਵਾਬ ਦਿੰਦੀ ਆ, ਉਹ ਕੀ ਜਵਾਬ ਦਿੰਦਾ ਸੁਣੋ। ਕੀ ਬੋਲੋ
ਚਾਚੀ ਨੂੰ ਪਰਜਾਈ ਤੂੰ ਛੁੱਟੇਂਗੀ ਕੀ ਕਹਿ ਕੇ ਥੋੜਾ ਪੈ ਜੂਗਾ ਰਵਲੇ ਨੂੰ ਪਰਖਲਿਆ ਬਹਿ ਬਹਿ ਕੇ ਥੋੜਾ ਪੈ ਜੂਗਾ ਰਵਲੇ ਨੂੰ ਨਿਕਲਿਆ ਬਹਿ ਬਹਿ ਕੇ ਗੀਤਾਂ ਨੂੰ ਤੁਸੀਂ ਨਵੇਂ ਰਿਕਾਰਡ 'ਚ ਸੁਣਨਾ। ਆਹ ਇੱਕ ਗੀਤ ਹੈ ਬੜਾ ਹੀ ਪਿਆਰਾ, ਇੱਕ ਪੜ੍ਹੀ ਲਿਖੀ ਬੀਬੀ ਸੰਤਾਂ ਦੇ ਡੇਰੇ ਜਾ ਵੜਦੀ ਹੈ ਤੇ ਜਾ ਕੇ ਕਹਿੰਦੀ ਆ ਬਾਬਾ ਜੀ ਮੇਰੇ ਘਰੇ ਔਲਾਦ ਪੈਦਾ ਨਹੀਂ ਹੁੰਦੀ। ਹੁਣ ਗੱਲ ਸੁਣਨ ਵਾਲੀ ਹੈ ਪਹਿਲਾਂ ਦੇ ਸੰਤਾਂ 'ਚ ਤੇ ਹੁਣ ਦੇ ਸੰਤਾਂ 'ਚ ਜਿਵੇਂ ਅਸਮਾਨ ਦਾ ਫਰਕ ਹੈ। ਪਹਿਲਾਂ ਦੇ ਸੰਤ ਬਾਹਰ ਡੇਰਾ ਲਾ ਲੈਣਾ, ਬੈਠੇ ਆਪਦੇ ਮਾਲਾ ਫੇਰੀ ਜਾਣੀ ਤੇ ਰੱਬ ਰੱਬ ਕਰੀ ਜਾਣਾ। ਹੁਣ ਕੱਲ੍ਹ ਦੇ ਸੰਤ ਨੇ ਜਿਹੜੇ ਉਹਦਾ ਪੱਕੇ ਇੰਟਰਨੈਸ਼ਨਲ ਸੰਤ ਹੈ। ਸੋਚੋ ਵੀ ਜੇ ਕੋਈ ਇਹੋ ਜਿਹੀ ਪੜ੍ਹੀ ਲਿਖੀ ਬੀਬੀ ਜਾ ਕੇ ਬਾਬੇ ਦੇ ਡੇਰੇ ਇਹ ਗੱਲ ਕਹਿੰਦੇ ਬਾਬਾ ਜੀ ਮੇਰੇ ਘਰੇ ਬੂਟਾ ਨਹੀਂ ਲੱਗਦਾ, ਉਹ ਸੰਤ ਨੂੰ ਕਹਿਣ ਦੀ ਨਹੀਂ ਲੋੜ ਪੈਂਦੀ, ਸੰਤ ਘਰੇ ਜਾ ਕੇ ਬੂਟਾ ਲਾ ਹੁੰਦੇ ਆ। ਲਓ ਸੁਣੋ, ਉਹਨੂੰ ਰੋਕਦਾ ਬਈ ਭਾਗਵਾਨੇ ਸਾਰਿਆਂ ਦੇ ਡੇਰੇ ਨਾ ਜਾਇਆ ਕਰ। ਉਹ ਰੁਕਦੀ ਨਹੀਂ, ਉਹਨੂੰ ਔਲਾਦ ਦੀ ਅਭਿਲਾਸ਼ਾ। ਜ਼ਰਾ ਗੌਰ ਨਾਲ ਸੁਣਨਾ ਵੀ ਉਹਨੂੰ ਚੰਗੇ ਢੰਗ ਨਾਲ ਰੁਕਦਾ, ਉਹਦੇ ਆਖੇ ਨਹੀਂ ਲੱਗਦੀ, ਉਹ ਸੰਤਾਂ ਦੀ ਸਿਫਤ ਕਰਦੀ ਹੈ। ਜ਼ਰਾ ਗੌਰ ਨਾਲ ਸੁਣੋ, ਇਹ ਤੁਸੀਂ ਨਵੇਂ ਰਿਕਾਰਡ ਦੇ ਵਿੱਚ ਹੁਣ ਆਉਣ ਵਾਲੇ ਡੇਢ ਮਹੀਨੇ 'ਚ ਸੁਣੋਗੇ। ਤੇਰੇ ਜਿਹਾ ਪਟਾਕਾ ਲੈਂਦਾ ਨਿੱਤ ਬੂ ਬਣਾ ਚਾਕਾ, ਨੀ ਚਲਾਕ ਗੋਰੀਏ ਔਤ ਕੋਲ ਪਾਲ
ਕੋਲੋਂ ਲੱਭਦੀ ਜਵਾਕ ਗੋਰੀਏ ਕੇ ਤੇਰੇ ਜਿਹਾ ਪਟਾਕਾ ਲੈਂਦਾ ਨਿੱਤ ਬੂਹਣਾ ਜਾਕਾ ਨੀ ਚਲਾਕ ਗੋਰੀਏ ਔਤ ਕੋਲੋਂ ਲੱਭਦੀ ਜਵਾਕ ਗੋਰੀਏ ਉਹ ਔਤ ਕੋਲੋਂ ਪਾਲਦੀ ਜਵਾਕ ਗੋਰੀਏ ਫਸ ਗਈਆਂ ਅਣਪੋਲਾ ਕੁੜੀਆਂ ਜਦੋਂ ਝਾੜ ਸਿਰ ਪਾਈਆਂ ਉਹ ਤੇਰੇ ਵਰਗੀਆਂ ਅੱਗੇ ਇਹਨੇ ਕਈ ਝਾੜ ਤੇ ਲਾਈਆਂ ਇਹ ਜਿੰਨਾ ਭਗਤ ਸਿਆਣਾ ਇਹਨੂੰ ਚੰਗੀ ਤਰ੍ਹਾਂ ਮੈਂ ਜਾਣਾ ਨੀ ਪਖੰਡੀ ਪੀਰ ਨੂੰ ਉਹ ਟੰਬੇਗਾ ਕੇ ਜਾਊ ਕਿਸੇ ਤੋਂ ਅਖੀਰ ਨੂੰ ਉਹ ਟੰਬੇਗਾ ਕੇ ਜਾਊ ਕਿਸੇ ਤੋਂ ਅਖੀਰ ਨੂੰ ਕਈਆਂ ਦੇ ਘਰ ਇਹ ਸਾਧ ਨੇ ਪੱਟੇ ਹਾਕਮ ਪਿੰਡ ਬਖਤੜੀ ਵਾਲਾ ਨੀ ਇਹ ਸਾਧ ਹਰਾਮੀ ਵਾਲਾ ਜੇ ਤੂੰ ਆ ਗਈ ਸੂਤਨੀ ਉਹ ਤੇਰੇ ਵਾਲੀ ਬੂ ਬਣਾ ਭਲਾ ਤੂੰ ਪੂਤਨੀ ਤੇਰੇ ਵਾਲੀ ਬੂ ਬਣਾ ਭਲਾ ਤੂੰ ਪੂਤਨੀ ਛੋਟੀ ਜੀ ਗੱਲ ਚੇਤੇ ਆ ਗਈ ਜਿਵੇਂ ਮੈਂ ਦੱਸਿਆ ਸੀ ਵੀ ਨਿੱਕੇ ਨਿੱਕੇ ਬੱਚੇ ਸ਼ਰਾਰਤੀ ਬਹੁਤ ਹੁੰਦੇ ਤੇ ਹਾਜ਼ਰ ਜਵਾਬ ਬੜੇ ਹੁੰਦੇ ਆ
ਇਸੇ ਤਰ੍ਹਾਂ ਮੈਨੂੰ ਇੱਕ ਵਾਰੀ ਆਪਣੇ ਬਾਪੂ ਜੀ ਦੇ ਨਾਲ ਸ਼ਹਿਰ ਜਾਣ ਦਾ ਮੌਕਾ ਮਿਲ ਗਿਆ। ਜਦੋਂ ਅਸੀਂ ਬਾਜ਼ਾਰ ਦੇ ਵਿੱਚ ਗਏ ਤਾਂ ਉੱਥੇ ਜਲੇਬੀਆਂ ਵੜ ਰਹੀਆਂ ਸੀ, ਮੈਥੋਂ ਰਿਹਾ ਨਾ ਗਿਆ। ਮੈਂ ਆਖਿਆ ਬਾਪੂ ਜੀ ਜਲੇਬੀਆਂ ਹੀ ਖਾ ਦੇ, ਕਹਿੰਦਾ ਛੱਡੋ ਬੇਵਕੂਫਾ, ਇਹ ਜਲੇਬੀਆਂ ਕਾਹਦੀਆਂ, ਜਲੇਬੀਆਂ ਰਹਿ ਗਈਆਂ ਪਾਕਿਸਤਾਨ ਦੇ ਵਿੱਚ। ਜਦੋਂ ਅਸੀਂ ਥੋੜ੍ਹਾ ਜਿਹਾ ਅੱਗੇ ਹੋਰ ਗਏ ਤਾਂ ਉੱਥੇ ਸਮੋਸੇ ਬਣ ਰਹੇ ਸੀ, ਮੈਥੋਂ ਫੇਰ ਨਾ ਲਿਆ ਗਿਆ। ਮੈਂ ਆਖਿਆ ਬਾਪੂ ਜੀ ਸਮੋਸੇ ਹੀ ਖਵਾ ਦੇ, ਉਹ ਕਹਿੰਦਾ ਤੈਨੂੰ ਇੱਕ ਵਾਰੀ ਗਿਆ, ਇਹ ਸਮੋਸੇ ਕਾਹਦੇ, ਸਮੋਸੇ ਰਹਿ ਗਏ ਪਾਕਿਸਤਾਨ ਦੇ ਵਿੱਚ, ਸ਼ਹਿਰੋਂ ਖਾਲੀ ਮੋੜ ਲਿਆਇਆ, ਕੁਛ ਨਾ ਖਵਾਇਆ ਪਿਆ। ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ, ਅਗਲੇ ਦਿਨ ਮੈਂ ਸਕੂਲ ਨਾ ਗਿਆ। ਮੇਰਾ ਬਾਪੂ ਆ ਕੇ ਕਹਿਣ ਲੱਗਾ, ਉਹ ਬਈ ਅੱਜ ਸਕੂਲ ਕਿਹੜੀ ਗੱਲੋਂ ਨਹੀਂ ਗਿਆ? ਮੈਂ ਆਖਿਆ ਛੱਡ ਪਰੇ ਬਾਪੂ, ਇਹ ਸਕੂਲ ਕਾਹਦੇ, ਸਕੂਲ ਰਹਿ ਗਏ ਪਾਕਿਸਤਾਨ ਦੇ ਵਿੱਚ। ਉਹ ਕਹਿੰਦਾ ਬੇਵਕੂਫਾ, ਤੂੰ ਮੇਰੇ ਮੂਹਰੇ ਬੋਲਦਾ, ਮੈਂ ਤੇਰਾ ਬਾਪੂ ਹਾਂ। ਮੈਂ ਆਖਿਆ ਤੂੰ ਮੇਰਾ ਬਾਪੂ, ਕਾਹਦਾ ਬਾਪੂ ਰਹਿ ਗਏ ਪਾਕਿਸਤਾਨ ਦੇ ਵਿੱਚ। ਜਿਹਨਾਂ ਸੱਜਣਾਂ ਨੇ ਇਨਾਮ ਦਿੱਤੇ ਨੇ ਨਾ, ਸੁਣੋ ਲਓ ਦੁਗਾਣਾ ਗੀਤ ਤੁਹਾਡੀ ਸੇਵਾ ਵਿੱਚ ਲੈ ਕੇ ਆ ਰਹੇ ਨੇ ਪੁਸ਼ਪਾ ਰਾਣੀ ਤੇ ਬਾਈ ਕਰਮਜੀਤ ਜੀ। ਬਾਈ ਥੱਲੇ ਬਹਿ ਜਾ, ਵੇਚਣਾ ਵੱਜੇ ਗਾਣਾ ਤੇਰੇ। ਇੱਕ ਤਾਂ ਸਾਰੀ ਕਲੀਲਦਾਰੀ ਇਹਨਾਂ ਨੂੰ ਇੱਧਰ ਲਿਆਉਣੀ ਪੈਂਦੀ ਹੈ।
ਨਹੀਂ ਮੋਹ ਪਾਲਿਆ ਵਾਲਾ ਮਰ ਜਾ ਪਾਲੇ ਲਾ ਗਈ ਤਾਲਾ ਨਿੱਕੂ ਤਾਂ ਚਿੱਟੀ ਦੁੱਧ ਵਰ ਗਈ ਮੈਂ ਕੀ ਆਖਿਆ ਤੂੰ ਤਾਂ ਚਿੱਟੀ ਪੁੱਟ ਵਰ ਗਈ ਤੇਰੇ ਯਾਰ ਦਾ ਸੁਣੀ ਦਾ ਰੰਗ ਕਾਲਾ ਨੀ ਤੂੰ ਤਾਂ ਚਿੱਟੀ ਦੁੱਧ ਵਰ ਗਈ ਤੇਰੇ ਯਾਰ ਦਾ ਖਾੜੀ ਜਾਂਦਾ ਰਾ ਘੇਰ ਕੇ ਕਿਹੜਾ ਹੋ ਦੇ ਖਾੜੀ ਜਾਂਦਾ ਰਾ ਘੇਰ ਕੇ ਆਹੋ ਮਾਰਦਾ ਨਾ ਯਾਰ ਸਮਝ ਆਇਆ ਕੀ ਕਰਦੀ ਵਕੀਲ ਫਿਰਦੀ ਉਦੋਂ ਮਾਰਦਾ ਹੈ ਮਾਰਦਾ ਹੈ ਮਾਰਦਾ ਯਾਰ ਸਮਝ ਆਇਆ ਕੀ ਕਰਦੀ ਵਕੀਲ ਫਿਰਦੀ
ਇਹ ਸੀ ਸਾਹਿਬਾਂ ਤੇ ਨਾਲੇ ਸੀ ਮਿਰਜ਼ਾ। ਮਿਰਜ਼ਾ ਵੀ ਪਤੰਦਰ ਸਾਹਿਬ ਵਰਗਾ ਹੀ ਲੱਗਦਾ ਸੀ। ਲਓ ਤੁਹਾਡੀ ਸੇਵਾ ਵਿੱਚ ਦੁਗਾਣਾ ਗੀਤ ਪੇਸ਼ ਕਰਾਉਣ ਲੱਗੇ ਹਾਂ। ਬੜਾ ਖੂਬਸੂਰਤ ਤੁਹਾਡੀ ਆਪਣੀ ਫਰਮਾਇਸ਼ ਹੈ। ਕਰਤਾਰ ਸਿੰਘ ਰਮਲਾ ਤੇ ਬੀਬੀ ਸੁਗੰਤ ਜੀ ਦੁਗਾਣਾ ਗੀਤ ਲੈ ਕੇ ਆ ਰਹੇ ਨੇ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਬੈਠੇ ਹੋ। ਗੁਰਚਰਨ ਸਿੰਘ ਜੀ ਬਾਂਦਰ 5 ਰੁਪਏ ਸਪੈਸ਼ਲ ਨਾਲ ਭੇਜਦੇ ਨੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ। ਇਨਾਮ ਦੇਣ ਵਾਲੇ ਸੱਜਣਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਬਾਈ। ਛੇਤੀ ਫੈਸਲਾ ਕਰ ਲਓ, ਹੁਣ ਤਾਂ ਕੰਮ ਸਿਰੇ ਤੇ ਹੀ ਹੈ। ਤੁਹਾਡੀ ਸੇਵਾ ਵਿੱਚ ਦੁਗਾਣਾ ਗੀਤ ਪੇਸ਼ ਕਰਾਉਣ ਲੱਗੇ ਹਾਂ, ਬੜਾ ਖੂਬਸੂਰਤ। ਬਾਈ ਫੇਰ ਫੈਸਲਾ ਕਰ ਲਿਓ ਯਾਰ, ਗਾਣਾ ਗਾਉਣ ਦਿਓ। ਘਰ ਵਾਲੀ ਗੱਲ ਹੈ, ਬਾਅਦ ਚ ਕਹਿ ਲਿਓ ਆਰਾਮ ਨੂੰ ਜਿਹੜੇ ਹੈਗੇ। ਆਵਾਜ਼ ਘੱਟ ਜਰਾ ਬਾਈ। ਉਹ ਕਾਕੇ ਤੂੰ ਬਹਿ ਜਾ, ਤੂੰ ਕਦੋਂ ਉੱਠ ਖੜਿਆ? ਪੱਗ ਬੱਧੀ ਜਿਵੇਂ ਕੱਟੇ ਤੇ ਲਾਸ਼ ਲੱਗੀ ਹੁੰਦੀ ਹੈ। ਦੁਕਾਨਾਂ ਗੀਤ ਸੁਣੋ, ਲਿਆਓ ਜੀ ਲਿਆਓ, ਦੱਸੋ ਕੀ ਗੱਲ। ਜਮਸ਼ੇਰ ਸਿੰਘ ਜੀ ਖੋਸਾ, ਚੇਰ ਸਿੰਘ ਵਾਲਾ 5 ਰੁਪਏ ਇਨਾਮ ਭੇਜਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ। ਲਓ ਦੁਕਾਨਾਂ ਗੀਤ ਸੁਣੋ। ਕੀ ਰੌਲਾ ਕੀ ਪੈ ਗਿਆ ਤੁਹਾਡਾ? ਕੋਈ ਗੱਲ ਨੀ ਹੈ, ਉਰਲੇ ਪਾਸੇ ਸਾਰੇ ਵਧੀਆ ਤਰੀਕੇ ਨਾਲ ਬੈਠੇ ਆ। ਉਹ ਕੋਈ ਰੌਲਾ ਨੀ, ਬਹਿ ਜਾ ਕੋਈ ਰੌਲਾ ਨੀ। ਬਾਈ ਮੈਂ ਇੱਕ ਗੱਲ ਦੱਸ ਦੇਵਾਂ ਤੁਹਾਨੂੰ, ਟਾਈਮ ਆਪਣੇ 16 ਮਿੰਟ ਉੱਤੇ ਹੋ ਗਏ ਆ। ਟਾਈਮ ਹੁਣ ਤੁਹਾਡਾ ਆਪਣਾ, ਤੁਸੀਂ ਵਧੀਆ ਤਰੀਕੇ ਨਾਲ ਬੈਠੇ ਕਰਕੇ ਆਪਾਂ 5-10 ਮਿੰਟ ਹੋਰ ਲਾਉਣੇ, ਵੈਸੇ ਆਪਣਾ ਟਾਈਮ ਖਤਮ ਹੋ ਗਿਆ। ਹੈਲੋ, ਹਾਂਜੀ, ਗੱਲ ਇਹ ਆ ਵੀ ਸਾਡੀ ਪੰਚਾਇਤ ਦਾ ਇਹ ਹੁਕਮ ਹੈ, ਜੇ ਕੋਈ ਆਦਮੀ ਗਲਤ ਸ਼ਰਾਰਤ ਕਰੂਗਾ ਤੇ ਅਸੀਂ ਉਹਦੇ ਨਾਲ ਬੁਰੇ ਪੇਸ਼ ਆਵਾਂਗੇ। ਇਹ ਬਹੁਤ ਬੁਰੀ ਗੱਲ ਹੈ, ਬੜਾ ਸੋਹਣਾ ਪ੍ਰੋਗਰਾਮ ਚੱਲੀ ਜਾਂਦਾ, ਤੁਸੀਂ ਬਿੰਦ ਕੁਛ ਰੌਲਾ ਪਾ ਦਿੰਦੇ ਜੀ। ਬਾਈ ਮੈਂ ਬੇਨਤੀ ਕਰਦਾ ਵੀ ਕੋਈ ਰੌਲਾ ਨੀ ਹੈ, ਕੋਈ ਗੱਲ ਨੀ, ਕੋਈ ਬਾਤ ਨੀ, ਐਵੇਂ ਗੱਲ ਵਧਾਈ ਜਾਂਦੇ, ਕੋਈ ਗੱਲ ਨੀ ਹੈ। ਲਓ ਜੀ, ਸਰਪੰਚ ਸਾਹਿਬ ਦੇ ਹੁਕਮ ਅਨੁਸਾਰ ਬਹਿ ਜਾਓ ਤੁਸੀਂ ਸਾਰੇ। ਸ਼ਾਬਾਸ਼ ਸ਼ਾਬਾਸ਼, ਬਹਿ ਜਾਓ ਬਹਿ ਜਾਓ। ਮਿੱਤਰੋ, ਗੱਲ ਇਹ ਆ ਬਈ ਸਾਡਾ ਟਾਈਮ ਆਪਣਾ ਬਿਲਕੁਲ ਪੂਰਾ ਹੋ ਚੁੱਕਿਆ, 5-10 ਮਿੰਟ ਚੱਲੇ, ਲੇਕਿਨ ਅਸੀਂ ਤੁਹਾਡੇ ਪਿਆਰ ਨੂੰ ਆਪਣਾ ਇਲਾਕਾ ਸਮਝ ਕੇ ਗਾ ਰਹੇ ਹਾਂ। ਅਜੇ ਵੀ 15-20 ਮਿੰਟ ਹੋਰ ਗਾਵਾਂਗੇ, ਬੜੇ ਪਿਆਰ ਨਾਲ ਨਵੇਂ ਗੀਤ ਸੁਣਾ ਕੇ ਜਾਵਾਂਗੇ, ਲੇਕਿਨ ਤੁਸੀਂ ਪਿਆਰ ਨਾਲ ਚੁੱਪ ਕਰਕੇ ਬੈਠੇ ਰਹੋ। ਬਸ ਸੱਜੇ ਪਾਸੇ ਕੋਈ ਦੋਸਤ ਨੇ ਜਿਹੜੇ, ਉਹ ਆਪਸ 'ਚ ਕੋਈ ਉਹਨਾਂ ਦਾ ਮਸਲਾ, ਗੱਲ ਕੁਛ ਨਹੀਂ, ਛੋਟੀ ਜਿਹੀ ਗੱਲ ਹੈ ਹਿਸਾਬ ਕਿਤਾਬ ਦੀ,
ਉਹ ਹੋ ਜਾਂਦੀ ਹੋਣੇ ਬਸ ਸਾਰਾ ਕੰਮ ਨਿਬੜ ਜਾਣਾ। ਲਵੀ ਦੋਸਤੋ ਨਵੀਂ ਕਲੀ ਦੇ ਵਿੱਚੋਂ ਤੁਹਾਡੀ ਸੇਵਾ ਕਰਨ ਲੱਗੇ ਆ। ਸਹਿਬਾ ਜੱਤੀ ਆਪਣੇ ਯਾਰ ਮਿਰਜ਼ੇ ਨੂੰ ਮਿਲਣ ਵਾਸਤੇ ਜਾਂਦੀ ਹੈ। ਅੱਧੀ ਰਾਤ ਬੂਹੇ ਤੇ ਬੈਠੀ ਬਰਾਤ ਨੂੰ ਛੱਡ ਕੇ ਜੱਤੀ ਆਪਣੇ ਯਾਰ ਦਾ ਦੀਦਾਰ ਕਰਦੀ। ਜ਼ਰਾ ਗੌਰ ਨਾਲ ਸੁਣਨਾ ਏ ਤੇ ਚਲੀ ਗਈ। ਅੱਧੀ ਰਾਤ ਨੂੰ ਜੱਟ ਧਾਰਾ ਮਾਰ ਕੇ ਲੈ ਕੇ ਜੰਡ ਦੇ ਹੇਠਾਂ ਪਹੁੰਚ ਗਿਆ। ਚਾਰੇ ਪਾਸਿਓ ਚੰਦਲਾਂ ਨੇ ਘੇਰਾ ਪਾ ਲਿਆ। ਕਹਿੰਦੇ ਨੇ ਮਿਰਜ਼ੇ ਨੂੰ ਜਦੋਂ ਘੇਰਾ ਪਾ ਲਿਆ ਤੇ ਲੜਾਈ ਸ਼ੁਰੂ ਹੋਈ। ਇੱਕ ਪਾਸੇ ਚੰਦਲਾਂ ਦਾ ਪਰਿਵਾਰ, ਇੱਕ ਪਾਸੇ ਕੱਲਾ ਖਰਲ ਜੱਟ ਲੜਦਾ। ਜ਼ਰਾ ਗੌਰ ਨਾਲ ਸੁਣਨਾ। ਕਹਿੰਦੇ ਨੇ ਉਹਨੂੰ ਅਰਸ਼ਾ ਦੇ ਤਿੰਨ ਤੀਰ ਉੱਤਰੇ, ਵਾਰੀ ਵਾਰੀ ਜੱਟ ਛੱਡਦਾ। ਜ਼ਰਾ ਗੌਰ ਨਾਲ ਸੁਣਨਾ ਕੀ ਕਹਿੰਦਾ।
ਮੱਛੀ ਵਿੱਚ ਬਰੇਤੀਆ ਐਵੇਂ ਤੜਪੇ ਕਸ਼ਮੀਰ ਤੂੰ ਦਾ ਫਿਰ ਚੜਾ ਲਾ ਜੱਟ ਨੇ ਹਾਰੀ ਚੰਦੜਾ ਦੀ ਤਕਦੀਰ ਉਹਨੇ ਵਿਆਂਦਰ ਘੋੜਿਓ ਲਾ ਲਿਆ ਉਹ ਜੱਟ ਨੇ ਵਿਆਂਦਰ ਘੋੜਿਓ ਲਾ ਲਿਆ ਹਾਨੀ ਗਈ ਕੱਲੇ ਜਾ ਚੀਰ ਬਿੰਦ ਧਰਤੀ ਉੱਤੇ ਤੜਪ ਕੇ ਠੰਡਾ ਹੋ ਗਿਆ ਸਰਦ ਸਰੀਰ ਤੀਜਾ ਕਾਰੀ ਦੇ ਵੱਲ ਦੌੜ ਲਿਆ ਉਹ ਤੀਜਾ ਕਾਰੀ ਦੇ ਵੱਲ ਦੌੜਿਆ ਜਿਹੜਾ ਸੀ ਮਕਰਾਂ ਦਾ ਪੀਰ ਉਦੋ ਕਰਦੇ ਧੋਖੇ ਬਾਰੀਆਂ ਅੱਗੇ ਨਾਲ ਨਕਾਲੀ ਗੀਰ ਹੋ ਗਿਆ ਤੀਰਾ ਤੋਂ ਜੱਟ ਸੱਖਣਾ ਫਿਰ ਵੀ ਡੋਲੀ ਨਹੀਂ ਜ਼ਮੀਰ ਹੋਰੇ ਤੂੰ ਮੈਂ ਨੂੰ ਕੱਢ ਲਈ ਸ਼ਮਸ਼ੀਰ ਉੱਥੇ ਵੜ ਵੜ ਕਰਦੇ ਡੱਕਰੇ ਉਹ ਜੱਟ ਨੇ ਵੜ ਵੜ ਕਰਦੇ ਡੱਕਰੇ ਪੈਰਾਂ ਨੁੱਚੜੇ ਵਾਂਗ ਪਨੀਰ ਫਿਦੀਆਂ ਨਾਲ ਲਹੂ ਦੇ ਚਾੜੀਆਂ ਉਹ ਫਿਦੀਆਂ ਨਾਲ ਲਹੂ ਦੇ ਚਾੜੀਆਂ ਬਣਿਆ ਡੈਣਾ ਦੀ ਤਸਵੀਰ ਉੱਥੇ ਦਿਲ ਮਰਦਾ ਦੇ ਡੋਲਦੇ ਉੱਥੇ ਦਿਲ ਮਰਦਾ ਦੇ ਡੋਲ ਗਏ ਸਹਿਬਾ ਅੱਲੜ ਰੰਨ ਪਠੀਰ ਕੀਲ ਕਦੇ ਨੀ ਵੇਖੀ ਦਮ ਕੇ ਬਈ ਉਹਨੇ ਕਦੇ ਨੀ ਵੇਖੀ ਦਮ ਕੇ ਪਿੰਡੇ ਉੱਤੇ ਲਾਲ ਲਕੀਰ ਫਿਰਦੀ ਲਹੂ ਵਿੱਚ ਜੱਟੀ ਤਿਲਕਦੀ ਆਸ਼ਕ ਮਰਨ ਵੇ ਦੋਗੀ ਹੱਥ ਕੇ
ਵੀ ਸਾਰੇ ਸੱਜਣ ਦੱਬ ਕੇ। ਮਿਰਜ਼ਾ ਸਾਹਿਬਾਂ ਦਾ ਕਿੱਸਾ ਤੁਹਾਡੀ ਸੇਵਾ ਵਿੱਚ ਕਰਤਾਰ ਸਿੰਘ ਰਮਲਾ ਤੇ ਬੀਬੀ ਸੁਖਵੰਤ ਜੀ ਨੇ ਪੇਸ਼ ਕੀਤਾ।